ਬਾਊ ਨੇ ਬੁਲਾਇਆ ਤੈਨੂੰ ਜਾ। ਮੈਨੂੰ ਬਾਊ ਨੇ ਬੁਲਾਇਆ ਕਿਉਂ? ਮਹੀਨਾ ਪੂਰਾ ਹੋ ਗਿਆ, ਤਨਖਾਹ ਨਹੀਂ ਲੈਣੀ। ਮੈਂ ਹੁਣ ਹੀ ਜਾਂਦਾ। छुट्टी भी नहीं करता कोई, लग्या रह मेहनत करी चल, बहुत गां जाएगा। कत्ती दिहाड़ियां तेरिया ठीक है, दस दिहाड़ियां तेरिया ओवर टाइम दियां हो गई, आज चक तेरे 12,500। हां चक तेरे पैसे। देखी जाएगा हुण इन्हां नूं, कणशाम नूं भेज दी। अच्छा सर ठीक है। ਨੂੰ ਪਹਿਲੀ ਤਨਖਾਹ ਮਿਲੀ ਆ, ਬਾਬਿਆਂ ਦੇ ਮੱਥਾ ਜ਼ਰੂਰ ਟੇਕ ਲਈ। ਬਾਬਿਆਂ ਦੇ? ਹਾਂ ਹਾਂ, ਬਾਬੇ ਨੇ ਜਾਏਗਾ ਨਾ, ਦਸਵੰਧ ਕੱਢੇਗਾ, ਤੇਰੀ ਤਰੱਕੀ ਦੇਖੀ ਕਿੰਨੀ ਹੁੰਦੀ, ਤੇ ਆਉਂਦੇ ਸਾਲ ਬਹੁਤ ਤਰੱਕੀ ਲੈ ਲਈ। ਉਹ ਹਾਂ ਹਾਂ, ਬਾਬਿਆਂ ਦਾ ਮੈਂ ਜਾਊਂਗਾ। ਚੱਲ ਮੈਂ ਜਾਣਾ। ਇਹ ਗੱਲ ਯਾਦ ਰੱਖੀ ਹੁਣ। ਉਹ ਕੋਈ ਨਾ, ਟੈਨਸ਼ਨ ਨਾ ਲੈ, ਬਾਬਿਆਂ ਕੰਨੀ ਚੱਲਿਆ।
एकदम लेटेस्ट आइटम कर दिए भाजी पैक। हाँ जी की होंगे अज पहली तनखाह मिली सी ते मैं क्या पहली तनखाह दे विचों मम्मी नूं सूट लैके देना लंबियां उमरां होण मेरे पुत दीआं तरक्कियां बख्शे परमात्मा सूट तां बहुत सोहणा पर इहदी की लोड़ सीगी पुत ओह हद हो गई पहली बार तुहाडा पुत तुहानूं कुछ देण जोगा होया ते तुसीं उहदे विच वी बोली जांदे हो एक मिंट मैनूं फोन आया मैं गल करदा हैलो बाला ही मूंह करता मेरा सूट तां बथेरा सोहणा पर इहदी की जरूरत सीगी ऐवे पैसे ला संभाल के रख मम्मी तेरी रोटी तां मैं लाती हाए किन्ना सोहना सूट है किन्ना भारा दुपट्टा अजकल तां भारे दुपट्टे दा इन्ना ट्रेंड आ उत्तों रंग भी इन्ना सोहना मेरा पुत लैके आया मेरे लई ओह भी पहली कमाई चो अच्छा पीरा लैके आया अच्छा फिर इह तां दस मेरे लई की लैके आया देख पुत हजे तां कुछ नहीं लैके आया हौली हौली तेन भी लिया दू जे ना लिया के दिता फिर मैं लिया दूंगी अच्छा चलो ठीक है सूट तो वैसे बथेरा सोहना तुसी नाल गए सी पीरे दे सूट लैण और नहीं नहीं मैनू तो लिया ही पता लग्या मैनू तो कुछ दस्या भी नहीं उन्हें अच्छा क्यों की होया कुछ नहीं मम्मी थोनू नहीं लगता भी थोड़ी उम्र के हिसाब नाल ज्यादा ही गाढ़ा रंग आ उत्तों दी चुन्नी भी इन्नी भारी आ गल तो तेरी सही है मैं चार चार चुन्नी तो देखी हुई नहीं हैगी ये तो ज्यादा ही भारी है कुछ मम्मी गुस्सा ना करो थोनू याद है तुसी एक बार पहला भी इदा का सूट पा के गए सीगे तो तुसी मैनू आके दसिया सीगा भी किसी ने कहा इनू आ उमरे एह जे रंग सुझदे आ
ਹੋਰ ਚਰਨਜੀਤ ਤੂੰ ਕਿਹੜਾ ਲਾਉਂਦੀ ਰਿਹਾ ਕਰ ਜੀ ਜਿਹਾ ਲੱਗਿਆ ਰਹਿੰਦਾ ਵਾ ਹੋਰ ਤੇਰੇ ਕੋਲ ਆ ਕੇ ਮੇਰਾ ਤਾਂ ਆਪ ਮਨ ਖੁਸ਼ ਹੋ ਜਾਂਦਾ ਚੁੰਨੀ ਤੇਰੀ ਬੜੀ ਸੋਹਣੀ ਆ ਕਿਹਨੇ ਦਿੱਤੀ ਆ ਲੈ ਦੇਣੀ ਕਿਹਨੇ ਆ ਮੈਂ ਆਪ ਲੈ ਕੇ ਆਈ ਆ ਚੱਲ ਠੀਕ ਆ ਫਿਰ ਮੁੰਡਾ ਮੇਰਾ ਆਉਣ ਵਾਲਾ ਹੀ ਆ ਮੈਂ ਰੋਟੀ ਪਾਣੀ ਦਾ ਕਰਨਾ ਚੱਲ ਚੰਗਾ ਭੈਣੇ ਮੈਂ ਵੀ ਚੱਲਦੀ ਆ ਚੁੰਨੀ ਕਿੰਨੀ ਭਾਰੀ ਲਈ ਆ ਜਿਵੇਂ 25 ਸਾਲ ਦੀ ਹੁੰਦੀ ਆ ਕਿਉਂ ਆਇਆ ਕੁਛ ਯਾਦ ਹਾਂ ਆ ਗਿਆ ਯਾਦ ਪਰ ਮੁੰਡਾ ਤਾਂ ਇਹਨੇ ਚਾਹ ਨਾਲ ਲੈ ਕੇ ਆਇਆ ਤੇ ਉਹਨੂੰ ਮੈਂ ਕੀ ਕਹੂੰਗੀ ਚੱਲ ਤੁਸੀਂ ਐ ਕਰਿਓ ਸੂਟ ਇਹੀ ਰੱਖ ਲਿਓ ਚੁੰਨੀ ਕੋਈ ਹੋਰ ਲੈ ਲਿਓ ਨਾਲ ਪਰ ਦੁਆਰਾ ਪੈਸੇ ਕੌਣ ਲਾਊਗਾ ਤੂੰ ਹੀ ਲੈ ਲਾ ਨਾਲ ਕੁੜੀਆਂ ਵਾਲਾ ਰੰਗ ਆ ਤੇਰੇ ਸੋਹਣਾ ਵੀ ਲੱਗੂ ਉਹ ਨਹੀਂ ਨਹੀਂ ਇਹ ਤਾਂ ਵੀਰਾ ਤੁਹਾਡੇ ਲਈ ਲੈ ਕੇ ਆਇਆ ਲੈ ਤੂੰ ਹੀ ਲੈ ਲਾ ਪੁੱਤ ਤੇਰਾ ਮੇਰਾ ਕਿਹੜਾ ਕੁਛ ਵੰਡਿਆ ਆ ਕੀ ਮੰਮੀ ਸੂਟ ਮੈਂ ਤੁਹਾਡੇ ਲਈ ਲੈ ਕੇ ਆਇਆ ਸੀ ਤੁਸੀਂ ਚੱਕ ਕੇ ਭੈਣ ਨੂੰ ਦੇਤਾ ਇਹਦੇ ਲਈ ਮੈਂ ਹੋਰ ਲਿਆ ਦਿੰਦਾ ਚੱਲ ਕੋਈ ਨਾ ਚੱਲ ਕੋਈ ਨਾ ਕਿਉਂ ਮੰਮੀ ਮੈਂ ਸੋਚਿਆ ਹੋਇਆ ਸੀ ਆਪਣੀ ਪਹਿਲੀ ਕਮਾਈ ਦੇ ਵਿੱਚੋਂ ਸਭ ਤੋਂ ਪਹਿਲਾਂ ਸੂਟ ਤੁਹਾਨੂੰ ਲਿਆ ਕੇ ਦੇਣਾ ਉਦੋਂ ਸਭ ਕੁਛ ਬਾਅਦ ਚ ਜੇ ਸੂਟ ਪਸੰਦ ਹੀ ਨਹੀਂ ਸੀ ਮੈਨੂੰ ਪਹਿਲਾਂ ਦੱਸ ਦਿੰਦੇ ਪਰ ਨਹੀਂ ਸੂਟ ਤਾਂ ਵਧੀਆ ਪਰ ਕੀ ਪਰ ਇੱਕ ਤਾਂ ਇਹਦਾ ਰੰਗ ਗੂੜਾ ਉੱਤੋਂ ਦੀ ਚੁੰਨੀ ਭਾਰੀ ਆ ਮੈਂ ਐਸ ਉਮਰੇ ਪਾਉਂਦੀ ਚੰਗੀ ਲੱਗਦੀ ਆ ਮੈਂ ਤਾਂ ਫਿੱਕੇ ਸੂਟ ਪਾਉਂਦੀ ਆ ਪੁੱਤ ਉਹ ਚੰਗੀ ਨਹੀਂ ਲੱਗਦੀ ਆਹ ਕੀ ਗੱਲ ਆ ਬੰਦੇ ਨੂੰ ਜੋ ਪਸੰਦ ਆ ਉਹ ਪਾਉਣਾ ਚਾਹੀਦਾ ਨਾਲੇ ਕੱਪੜੇ ਦਾ ਉਮਰ ਨਾਲ ਕੀ ਹਿਸਾਬ ਕਿਤਾਬ ਗਾੜਾ ਨਹੀਂ ਪਾਉਣਾ ਫਿੱਕਾ ਨਹੀਂ ਪਾਉਣਾ ਹੱਦ ਆ ਯਾਰ ਮੰਮੀ ਪੁੱਤ ਤੁਸੀਂ ਨਿਆਣੇ ਹੋ ਤੁਹਾਨੂੰ ਨਹੀਂ ਪਤਾ ਸੁਣਨਾ ਤਾਂ ਮੈਨੂੰ ਪੈਂਦਾ ਅੱਲਾ ਮੂੰਹ ਤੇ ਨਹੀਂ ਕੁਛ ਕਹਿੰਦਾ ਪਿੱਠ ਪਿੱਛੇ ਤਾਂ ਕਹਿੰਦਾ ਹੀ ਆ ਅੱਛਾ ਤਾਂ ਤੁਸੀਂ ਇਹ ਸੋਚਦੇ ਪਏ ਹੋ ਜੇ ਤੁਸੀਂ ਇਹ ਸੂਟ ਪਾ ਲਿਆ ਤਾਂ ਲੋਕੀ ਕੀ ਕਹਿਣਗੇ ਲੋਕਾਂ 'ਚ ਰਹਿਣਾ ਹੈ ਤਾਂ ਸੋਚਣਾ ਤਾਂ ਪਊਗਾ ਹੀ ਉਹ ਫਿਰ ਤਾਂ ਲੋਕਾਂ ਬਾਰੇ ਸੋਚਿਓ ਆਪਣੇ ਬਾਰੇ ਨਾ ਸੋਚਿਓ ਐ ਤਾਂ ਜਿਹੜੀ ਮੈਂ ਜੋਬ ਜੁਆਇਨ ਕੀਤੀ ਆ ਕੱਲ੍ਹ ਲੋਕੀ ਮੈਨੂੰ ਇਹ ਵੀ ਕਹਿਣਗੇ ਕਿ ਪੜ੍ਹ ਲਿਖ ਕੇ ਆਹ ਕਿਹੜਾ ਕੰਮ ਫੜਿਆ ਕੋਈ ਚਾਦਰੀ ਜੋਬ ਕਰ ਲੈਂਦਾ ਉਹ ਲੋਕਾਂ ਮਗਰ ਲੱਗ ਕੇ ਜਿਹੜੀ ਮਿਲਦੀ ਪਈ ਆ ਮੈਂ ਉਹ ਵੀ ਛੱਡਦਾ ਘਰ ਦਾ ਖਰਚਾ ਕਿਵੇਂ ਚੱਲੂ ਲੋਕੀ ਕਰਨਗੇ ਜਿਨ੍ਹਾਂ ਦੀ ਤੁਸੀਂ ਇੰਨੀ ਫਿਕਰ ਕਰਦੇ ਹੋ ਪਰ ਵੀਰੇ ਕੀ ਵੀਰੇ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਮੈਂ ਕੀ ਕੀਤਾ ਇੱਕ ਸੂਟ ਦੇ ਲਾਲਚ ਦੇ ਵਿੱਚ ਆ ਕੇ ਤੂੰ ਆਪਣੀ ਮਾਂ ਨੂੰ ਉਹ ਗੱਲਾਂ ਯਾਦ ਕਰਵਾਉਣੀ ਪਈਆਂ ਜੋ ਕਿਸੇ ਨੇ ਕਿਸੇ ਟਾਈਮ ਮੰਮੀ ਨੂੰ ਕਹੀਆਂ ਸੀ ਨਾਲੇ ਤੈਨੂੰ ਕਿੰਨੇ ਦਿਨ ਹੋ ਗਏ ਉਰਿਆਈ ਨੂੰ ਉਹ ਮੰਮੀ ਮੜਾ ਸੋਚ ਲੋਕੀ ਕੀ ਕਹਿਣਗੇ ਕੀ ਪਤਾ ਕੁੜੀ ਲੜਕੇ ਤਾਂ ਨਹੀਂ ਆਈ ਨਾ ਮੈਂ ਲੋਕਾਂ ਦੀ ਫਿਕਰ ਕਾਹਤੇ ਕਰਨੀ ਆ ਜਦ ਮੈਨੂੰ ਮੰਮੀ ਨੇ ਕੁਛ ਕਹਿਣੀ ਤੂੰ ਵੀਰੇ ਕਾਹਤੇ ਟੋਕਦਾ ਉਹ ਇਹੀ ਗੱਲ ਮੈਨੂੰ ਮੈਂ ਕਹਿਣਾ ਜਦੋਂ ਮੰਮੀ ਤੇਰਾ ਸਾਥ ਦਿੰਦੀ ਪਈ ਆ ਤਾਂ ਤੂੰ ਮੰਮੀ ਦਾ ਕਿਉਂ ਨਹੀਂ ਜਦੋਂ ਗੱਲ ਤੇਰੇ ਤੇ ਆਈ ਮੈਂ ਲੋਕਾਂ ਦੀ ਪਰਵਾਹ ਨਹੀਂ ਕਰਦੀ ਤੇ ਮੰਮੀ ਤੇ ਆਈ ਮੰਮੀ ਲੋਕ ਕੀ ਕਹਿਣਗੇ ਮੰਮੀ ਨੂੰ ਸੂਟ ਪਸੰਦ ਆ ਪਰ ਤੂੰ ਕਰਾ ਰਹੀ ਆ ਐ ਤਾਂ ਲੋਕ ਕੱਲ ਕਹਿਣਗੇ ਸਾਹ ਲੈਣਾ ਛੱਡ ਦੋ ਆਪਾਂ ਛੱਡ ਦਾਂਗੇ ਸਭ ਤੋਂ ਪਹਿਲਾਂ ਆਪਣਾ ਪਰਿਵਾਰ ਦੇਖੀਦਾ ਲੋਕਾਂ ਨੂੰ ਨਹੀਂ ਦੇਖੀਦਾ ਸ਼ੌਂਕ ਕਦੇ ਵੀ ਉਮਰ ਦੇਖ ਕੇ ਪੂਰੇ ਨਹੀਂ ਹੁੰਦੇ ਤੇ ਜਿੱਥੇ ਤੱਕ ਰਹੀ ਗੱਲ ਸੂਟ ਦੀ ਮੈਨੂੰ ਫੜਾਓ ਮੈਂ ਚੇਂਜ ਕਰਾ ਕੇ ਨਾ ਫਿੱਕਾ ਰੰਗ ਲਿਆਉਣਾ ਕਿਉਂਕਿ ਤੁਹਾਡੇ ਲਈ ਨਾ ਲੋਕ ਕੀ ਕਹਿਣਗੇ ਇਹ ਜ਼ਿਆਦਾ ਜ਼ਰੂਰੀ ਆ ਤੁਹਾਡੇ ਸ਼ੌਂਕ ਨਹੀਂ ਲਿਆ ਪੁੱਤ ਲੋਕ ਜੋ ਮਰਜ਼ੀ ਕਹਿਣ ਮੈਂ ਪਾਊਂਗੀ ਦੇਖ ਤਾਂ ਸੋਹਣੀ ਲੱਗਦੀ ਬਹੁਤ ਸੋਹਣੀ ਲੱਗਦੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਰਾਹੀਂ ਜਿਹੜਾ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੈਸੇ ਉਹ ਮੈਸੇਜ ਇਸ ਵੀਡੀਓ ਦੇ ਵਿੱਚ ਹੀ ਛਿਪਿਆ ਹੋਇਆ ਗੱਲ ਸਿਰਫ ਸਮਝਣ ਦੀ ਆ ਲੋਕਾਂ ਦੀਆਂ ਗੱਲਾਂ ਦੇ ਵਿੱਚ ਆ ਕੇ ਨਾ ਕਈ ਵਾਰ ਬੰਦਾ ਆਪਣੇ ਸ਼ੌਂਕ ਮਾਰ ਲੈਂਦਾ ਕੋਈ 3 ਜਾਂ 4 ਬੰਦੇ ਹੀ ਇੱਦਾਂ ਦੇ ਹੁੰਦੇ ਨੇ ਜਿਹੜੇ ਕਹਿੰਦੇ ਹੁੰਦੇ ਨੇ ਨਾ ਤੇਰੇ ਤਾਂ ਵਧੀਆ ਨਹੀਂ ਲੱਗਦਾ ਹੁਣ ਇਸ ਵੀਡੀਓ ਦੀ ਹੀ ਗੱਲ ਲੈ ਲਓ ਪਹਿਲਾਂ ਉਹ ਔਰਤ ਮੰਮੀ ਦੀ ਤਾਰੀਫ ਕਰਦੀ ਹੈ ਕਿ ਹਾਏ ਚੁੰਨੀ ਕਿੰਨੀ ਸੋਹਣੀ ਹੈ ਕਿੱਥੋਂ ਲਈ ਆ ਮਤਲਬ ਕਿ ਉਹਦੀ ਅੱਖ ਦੇ ਵਿੱਚ ਉਹ ਚੀਜ਼ ਗਈ ਅਤੇ ਨੋਟਿਸ ਹੋਈ ਅਤੇ ਉਹ ਤੋਂ ਬਾਅਦ ਪਿੱਠ ਪਿੱਛੇ ਕਿਹਾ ਭਾਰੀਆਂ ਚੁੰਨੀਆਂ ਲੈਂਦੀ ਹੈ ਮੈਨੂੰ ਲੋਕਾਂ ਦੀ ਮੈਂਟੈਲਿਟੀ ਨਹੀਂ ਸਮਝ ਆਉਂਦੀ ਤੁਸੀਂ ਇੱਧਰ ਨਹੀਂ ਰਹਿਣ ਦਿੰਦੇ ਤਾਂ ਇੱਧਰ ਵੀ ਨਹੀਂ ਰਹਿਣ ਦਿੰਦੇ ਜਾਂ ਤਾਂ ਫਿਰ ਮੂੰਹ ਦੀ ਗੱਲ ਕਹਿ ਦਿਉ ਪਰ ਲੋਕਾਂ ਦੀਆਂ ਗੱਲਾਂ ਨਾ ਸੁਣਿਆ ਕਰੋ ਜੋ ਤੁਹਾਨੂੰ ਚੰਗਾ ਲੱਗਦਾ ਨਾ ਉਹ ਕਰੋ ਜੇ ਬੰਦੇ ਦੀ ਉਮਰ ਹੋ ਗਈ ਆ ਉਹ ਸੀਨੀਅਰ ਸਿਟੀਜ਼ਨ ਦੇ ਵਿੱਚ ਆ ਗਿਆ ਤਾਂ ਕੀ ਗੱਲ ਉਹ ਭਾਰੀ ਸੂਟ ਨਹੀਂ ਪਾ ਸਕਦਾ ਭਾਰੀਆਂ ਚੁੰਨੀਆਂ ਨਹੀਂ ਲੈ ਸਕਦਾ ਜਦੋਂ ਆਪਾਂ ਦੇਖਦੇ ਹਾਂ ਨਾ ਕਈ ਬਜ਼ੁਰਗ ਹਜੇ ਵੀ ਇੰਨੇ ਹੱਟੇ ਕੱਟੇ ਨੇਗੇ ਹਜੇ ਵੀ ਜੀਨਸ ਪਾਉਂਦੇ ਆ
ਹਜੇ ਵੀ ਟੀ ਸ਼ਰਟਾਂ ਪਾਉਂਦੇ ਆ, ਹਜੇ ਵੀ ਕੈਪ ਲੈਂਦੇ ਆ। ਉਹਨਾਂ ਦੀ ਆਪਣੀ ਚੋਇਸ ਆ, ਤੁਹਾਡਾ ਹੱਕ ਹੀ ਨਹੀਂ ਬਣਦਾ ਉਹਨਾਂ ਨੂੰ, ਤੁਸੀਂ ਰੋਕੋ। ਸੋ ਇੱਕ ਰਿਕੁਐਸਟ ਹੈ, ਸਿਆਣਿਆਂ ਦਾ ਹਮੇਸ਼ਾ ਸਾਥ ਦਿਓ, ਇਨਕਰੇਜ ਕਰੋ। ਜੇ ਉਹ ਅੱਜ ਦੇ ਟਾਈਮ ਦੇ ਹਿਸਾਬ ਦੇ ਨਾਲ ਚੱਲਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਚੱਲਣ ਦਿਓ ਯਾਰ। ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਿਓ, ਪੇਜ ਨੂੰ ਲਾਈਕ ਜ਼ਰੂਰ ਕਰਿਓ, ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਥੈਂਕ ਯੂ।